वाहिगुरु जी का खालसा, वाहिगुरु जी की फतेह। परमात्मा अग्गे अरदास है कि तुसीं हमेशा खुश रहो, तंदरुस्त रहो ते चढ़दियां कलां दे विच रहो जी। सो पहुंचे हैं जी अजे खेतां दे विच। खेतां दे विच दो तीन कम जे अड़े हुए सीगे। एक तां हल्दी पट्टण नूं रहिंदी सी, फादर साहब राही लगे वी साडे हल्दी पट्टण, ते एक थोड़ा जिहा आलू वी रहिंदे हैगे आ, ते होर एक जिहड़ा कहिंदे वी हुण कणक दे विच तेला वगैरा फैल गया हैगा, ओह तेले बारे थोड़ा जिहा देखना आया मां वी, नाले तेला तूला वगैरह भी देख लेंगे किन्ना क है किन्ना क नहीं है, क्योंकि लोग स्परेहां लागे करन चारे पासे ते। ते एक साडे वल होर एक रीति रिवाज जिहा चल पिया, कहिंदे वी यूक्रेन दे विच जिहड़ी उह लग गई जंग लग गई, उहदे करके तेल महंगा हो जाणा, फलाना महंगा हो जाणा, ढिमका महंगा, लोग समान अपने घरां ढोण लग गए, जिहड़ी अपनी सेव मनी कीती हुई सी उह सारी दी सारी मतलब इनवैसट लग गए करन, चाहे तेल विच ला लो चाहे किसी चीज़ दे विच ला लो। सो गल इत्थे वी अज पापा जी ने इत्थे लगे हुए जी हल्दी पट्टण ਥੱਲੇ ਅਤੇ ਇੱਥੇ ਜਦੋਂ ਇਹਨਾਂ ਨੇ ਹਲਦੀ ਬੀਜੀ ਸੀਗੀ ਤਾਂ ਮੈਂ ਕਹਿੰਦਾ ਸੀਗਾ ਇਹਨਾਂ ਨੂੰ ਵੀ ਇਹ ਹਲਦੀ ਹੋ ਜੂਗੀ। ਸੋ ਮੈਂ ਦੇਖ ਰਿਹਾ ਵੀ ਦੋ ਤਿੰਨ ਤਾਂ ਅੰਦਰ ਪੱਟ ਕੇ ਇਹੋ ਜਿਹੀਆਂ ਇਹਨਾਂ ਨੇ ਗਿਰ ਵੀ ਦਿੱਤੀਆਂ, ਅਤੇ ਉਸ ਤੋਂ ਬਾਅਦ ਵਿੱਚ ਬੈਠਣ ਨੂੰ ਮੇਰੇ ਵਾਸਤੇ ਬਾਈ ਜਗ੍ਹਾ ਹੈ ਨਹੀਂ ਉਰੇ, ਵਿੱਕੀ ਨੇ ਯਾਰ ਇਹਨਾਂ ਨੇ ਹੁਣ ਪੱਟ ਦੇਣੀਆਂ, ਬਹੁਤ ਬੜੀਆਂ ਬੜੀਆਂ ਗੱਠਾਂ ਨਿਕਲਦੀਆਂ ਨੇ। ਜੇ ਮੈਂ ਤੁਹਾਨੂੰ ਦਿਖਾਵਾਂ, ਲਓ ਕਿੱਡੇ ਕਿੱਡੇ ਗੁੱਛੇ ਆ, ਜੇ ਤੁਹਾਨੂੰ ਦਿਖਾਉਣਾ ਲੈ ਦੇਖੋ, ਬਹੁਤ ਉਹ ਨਿਕਲ ਰਹੇ ਨੇ ਗੁੱਛੇ। मतलब सुकाउणी है ਬਾਕੀ ਤਾਂ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਪਹੁੰਚ ਜੂਗੀ ਹੁੰਦੀ ਫਿਰ ਡੇਢ ਮਹੀਨਾ ਦੇ ਹੋਰ ਮੁੱਲ ਦੀ ਹਲਦੀ ਕਣੀ ਐਤਕੀ ਸਾਡੇ ਕੋਲ ਹਲਦੀ ਖਤਮ ਹੋ ਗਈ ਜੀ। ਨਹੀਂ ਕਈ ਪਾਪਾ ਜੀ ਏਦਾਂ ਕਰੀ ਜਾਂਦੇ ਆ ਵੀ ਉਹ ਆਪਣਾ ਇਹਨੂੰ ਏਦਾਂ ਸਿੱਧੀ ਸੁਕਾ ਕੇ ਪਿਹਾ ਲੈਂਦੇ ਆ, ਉਹਦਾ ਰੰਗ ਨਹੀਂ ਬਣਦਾ ਫਿਰ ਪੂਰਾ, ਕਿਤੇ ਮਾਰੇ ਮਿੱਟੀ ਨਹੀਂ ਨਿਕਲਦੀ ਧੋਣ ਕਰਕੇ ਮਿੱਟੀ ਸਾਰੀ ਜੋ ਉੱਬਲ ਜਾਂਦੀ ਹੈ ਫਿਰ ਵਿੱਚੋਂ ਮਿੱਟੀ ਸਾਰੀ ਨਿਕਲ ਜਾਂਦੀ ਦੇ ਚੋਂ। ਇਹ ਵੀ ਗੱਲ ਹੈਗੀ ਆ, ਗੱਲਾਂ ਹੈ ਵੀ ਸਾਰੀਆਂ ਜਿਹੜੀਆਂ ਚੱਲਦੀਆਂ ਤੇ ਬਹੁਤ ਸੋਹਣੀਆਂ ਨਿਕਲ ਰਹੀ ਹੈ ਇਹ ਹਲਦੀ ਦੀ ਹਲ ਜਿਹੜੀ ਵੀ ਨਿਕਲ ਰਹੀ ਹੈ, ਤੇ ਉਹ ਤੇ ਬਾਅਦ ਵਿੱਚ ਜੀ ਹੁਣ ਮੈਂ ਕਹਿੰਦਾ ਮੈਂ ਟੋਕਾ ਕਰਕੇ ਆਉਂਦਾ ਜੀ, ਅਗਰ ਟੋਕਾ ਵੀ ਤੁਹਾਡਾ ਰਹਿੰਦਾ ਤਾਂ ਮੈਂ ਕਰ ਦਿੰਦਾ ਨਿਬੇੜਨ ਦਾ ਕੰਮ ਉਹ। ਮੈਂ ਕਹਿੰਦਾ ਅੱਜ ਤਾਂ ਮੈਸਾਂ ਵੀ ਨੜਾਉਣੀਆਂ ਚਾਹੀਦੀਆਂ ਆਪਾਂ ਨੂੰ, ਮੈਸਾਂ ਦਾ ਵੀ ਲਿਬੜਿਆ ਜਿਹਾ ਹੋਈ ਕੰਮ ਆ, ਚੱਲ ਉਹ ਵੀ ਨੜਾ ਦਿੰਦੇ ਨਾਲ ਦੀ ਨਾਲ। ਤੇ ਇੱਕ ਤਾਂ ਆਲੂ ਪਰਲੇ ਪਾਸੇ ਮੈਂ ਕਹਿੰਦਾ ਪਹਿਲਾਂ ਪੱਟ ਵੀ ਦੇ ਦਿੱਤੇ ਪਾਪਾ ਜੀ ਥੋੜੇ ਬਹੁਤੇ, ਹੈ ਥੋੜੇ ਜਿਹੇ ਪੱਟ ਵੀ ਲਏ ਤੇ ਜਾਂ ਖੜੇ ਵੀ ਹੈਗੇ ਆ, ਕਿੰਨੀ ਕੁ ਲੋੜ ਹੁੰਦੀ ਪੱਟਲੇ ਹੁਣ ਮੁਕਾ ਦੇਣੇ, ਉਹਦੇ ਬਾਅਦ ਲਾਉਣੀਆਂ ਤਿੰਨੀਆਂ ਕਲਮਾਂ ਹੁਣ ਤਿਆਰ ਕਰਕੇ। ਹਾਂ ਕਲਮ ਉਹ ਜਿਹੜੀਆਂ ਅੱਛਾ ਆਹ ਠੀਕ ਹੈ, ਇਸ ਵਾਰ ਲਾਉਣੀ ਸੀਗੀ ਜੀ ਅਸੀਂ ਪਪੂਲਰ, ਉੱਥੇ ਪਪੂਲਰ ਇਸ ਵਾਰ ਚੱਕਰ ਇਹ ਗੱਲ ਹੋ ਗਈ ਵੀ ਪਪੂਲਰ ਨਾ ਸਾਰੇ ਪਾਸੇ ਇੰਨੀਆਂ ਛਟੀਆਂ ਲੱਗ ਗਈਆਂ, ਜਿਸ ਦਿਨ 5 ਸਾਲ ਤੱਕ ਇਹਨਾਂ ਪਪੂਲਰਾਂ ਨੇ ਦੁਬਾਰੇ ਹੋਣਾ ਹੈ ਉਸ ਸਮੇਂ ਰੇਟ ਕੁਛ ਡਾਉਣੇ ਹੋ ਜਾਣੇ। ਫਿਰ ਮੈਂ ਕਿਹਾ ਜੀ ਸਰਦਾਰ ਸਾਹਿਬ ਨੂੰ ਆਪਣੇ ਫਾਦਰ ਸਾਹਿਬ ਨੂੰ ਬਈ ਆਪਾਂ 1 ਸਾਲ ਲੇਟ ਲਾਈਏ, ਹੈ ਨਾ, ਜੇ ਆਪਾਂ 1 ਸਾਲ ਲੇਟ ਲਾਵਾਂਗੇ ਤਾਂ ਉਹ ਸ਼ਾਇਦ ਉਸ ਸਮੇਂ ਨਜ਼ਾਰਿਆਂ ਦੇ ਪੱਟ ਹੋ ਜਾਣਗੇ ਤੇ ਆਪਣੇ ਆਲੇ ਦਾ ਰੇਟ ਸ਼ਾਇਦ ਵੱਧ ਜਾਵੇ। ਇਹ ਵੀ ਗੱਲਾਂ ਦੇਖਣੀਆਂ ਆ, ਠੰਡੂ ਰਾਮ ਵਾਲੀ ਸੋਚ ਰੱਖੀ, ਠੰਡੂ ਰਾਮ ਵਾਲੀ ਸੋਚ, ਇੱਕ ਆਂਡਾ ਦੋ ਆਂਡੇ ਹੈ ਉਹ ਕੰਮ ਚੱਲਦਾ ਸਾਡਾ। ਇੱਕ ਹੋਰ ਵੀ ਗੱਲ ਆ ਭਾਈ, ਟਰੈਕਟਰ ਵੀ ਲੈ ਲਓ ਹੁਣ, ਹੈਂ ਟਰੈਕਟਰ ਜੀ, ਟਰੈਕਟਰ ਵੀ ਲੈ ਲਓ, ਟਰੈਕਟਰ ਮਹਿੰਗੇ ਹੋ ਜਾਣੇ ਆ, ਸੀਜ਼ਨ ਮੂਹਰੇ ਆ ਰਿਹਾ ਭੱਜਿਆ, ਇਹ ਵੀ ਗੱਲ ਠੀਕ ਹੈ ਵੀ ਸੀਜ਼ਨ ਭੱਜਿਆ ਰਿਹਾ ਫਿਰ ਟਰੈਕਟਰ ਹੋ ਜਾਣੇ ਮਹਿੰਗੇ, ਜਿਹੜੀ ਲੜਾਈ ਲੜੂਈ ਲੱਗੀ ਕਰਕੇ ਇਹਦੇ ਕਰਕੇ ਸੰਦ ਹੁਣ ਬਹੁਤ ਤੇਜ਼ੀ ਵਿੱਚ, ਟਰੈਕਟਰ ਵੀ ਮਹਿੰਗੇ ਹੋ ਜੂਗੇ, ਤੇਲ ਵੀ ਮਹਿੰਗੇ ਹੋ ਜਾਣੇ, ਟਰੈਕਟਰ ਵੀ ਮਹਿੰਗੇ ਹੋ ਜਾਣੇ ਆ, ਨਾ ਜੇ ਤੇਲ ਤਾਂ ਸੀਜ਼ਨ ਕਰਕੇ ਹੋਣੀ ਹੋਈ ਸੀਜ਼ਨ ਕਰਕੇ ਮਹਿੰਗੇ ਹੋਣੇ, ਹੁਣ ਪੈਸਿਆਂ ਦਾ ਕੀ ਕਰੀਏ, ਇੰਨੇ ਪੈਸੇ ਨਹੀਂ ਹੈਗੇ ਹੁਣ, ਜੇ ਪੈਸੇ ਨਹੀਂ ਹੈਗੇ ਤਾਂ ਮੇਰੀ ਪੈਨਸ਼ਨ ਪਰ ਲੋਨ ਲੈ ਲਓ, ਪੈਨਸ਼ਨ ਪਰ ਲੋਨ ਲੈ ਕੇ ਬਾਪੂ ਗੱਜਦਾ ਪੂਰਾ, ਕਹਿੰਦਾ ਮੇਰੀ ਪੈਨਸ਼ਨ ਪਰ ਲੋਨ ਲੈ ਕੇ ਟਰੈਕਟਰ ਲੈ ਆਓ, ਮਦਦ ਲਾ ਦੂੰਗਾ ਭਾਈ ਜਿੰਨੀ ਕੁ ਬਣਦੀ ਉਨੀ ਕੁ, ਕਰਤਾ ਤਾਂ ਮਦਦ ਮੈਂ ਵੀ ਆ, ਹੁਣ ਤੱਕ ਤੁਹਾਡੀ ਮਦਦ ਤੁਸੀਂ ਉਹ ਕਰਿਆ ਹੋਇਆ ਸਾਰਾ ਕੁਛ, ਮਦਦ ਲਾਉਣ ਦਾ ਕਿਆ ਕਰਨਾ, ਹੋਰ ਮਦਦ ਤੇ ਹੋ ਜਾਂਦੀ ਵੀ ਸਹਾਰਾ ਜਿਹਾ ਚੀਜ਼ ਲੈਣੀ ਮਹਿੰਗੀ ਹੁੰਦੇ ਦਿੰਦੇ, ਸੀਜ਼ਨ ਮੂਹਰੇ ਆ ਗਿਆ, ਹਾਂਜੀ ਕਣਕ ਦਾ ਇਹ ਵੀ ਸਾਂਭਣੇ ਹੈ ਜੀ, ਹਾਂਜੀ ਦੇਖਦੇ ਆ ਵੀ ਬਣਾਉਂਦੇ ਘੁੰਮ ਫਿਰ ਕੇ ਪਲੈਨ, ਹਾਂ ਘੁੰਮ ਫਿਰ ਕੇ ਆਪਣਾ ਮਾਰ ਲਓ ਬੇੜਾ ਕਿਤੇ ਲਿਆ ਕੇ ਲਿਆਓ ਇਹਨੂੰ, ਚਲੋ ਮੈਂ ਚੱਲਦਾ ਮੈਂ ਜਾ ਕੇ ਟੋਕਾ ਕਰਨਾ ਫਿਰ ਜਾ ਕੇ, ਹੈ ਨਾ ਕਰਨਾ ਸੀ ਪੱਟ ਦੇ, ਮੈਂ 5 ਮਿੰਟ ਦਾ ਕੰਮ ਰਹਿ ਗਿਆ ਹੋਰ ਲਾ ਤਾ ਕੰਮ ਤਾਂ ਫਿਰ।
एक गल सुन ला, रौला उन्हें कितने अज का पाँदा होना हो, वो तेन ए लगता खान में आ नहीं होना बी बन के। हाँ ये गल धुप बहुत है, असि सोचा भी क्यों ना दो चार आलू सूरज देवते नु भेज दिए, हां मिलला भी सूरज देवते नु आलू ले जा भी ला फड़ दे के ला, ए आ पड़ा ले जा चल जा। लो जी हुण कणक दे विच देख लीए तेला, जिहड़ी तेले दी शिकायत दसदे आ वी उह हैगी है कि नहीं हैगी। हैगी है ये पता क्या गल आ, हल नरमाई जी है ना जिहड़ा मींह जिहा पिया, मींह तों बाद गरमैश जी होई है जिहड़ी बैठे नूं दिखदे उप्पर तेला जिहा बैठा दिखदा, इह तां कख पर है ना गुल्ली डंडे पर, कणक पर दिखदा, कणक पर वी चैक कर माड़ा जी, जिथे जिहा माड़ा सिद्धा बण जिहा हैगा उत्थे चैक कर। बैठा ही यार कणक दे पत्तियां पर वी बैठा ही है विच हैगा है ना, करनी करनी पऊ स्प्रे फिर। लो जी होर भी देख ला माड़ा जी, परले खेत भी देख ला, इधर पास भी माड़ा जहाँ हाँ जी अपनी कणक जी सामने सारी खड़ी, इस बार कख ने बहुत दुखी करे, दो बार स्प्रे कर ली पर गल फिर नहीं उन्नी बनी हैगी सवार के। हाँ कोई कोई दाना हैगा, शुरुआत हो गई समझ ला, शुरुआत हो गई है ठीक है, स्प्रे तो करनी पैनी कल तो तेरी ठीक है ना, दवाई तो हम अपन वधिया ही देखनी पैनी कोई कंपनी, मैं कहना ऐ करा कि दुकानदार वाले का गल करा सवार के भी गल सुन ला, जे तेला मरूंगा तो तेन पैसे देने हैं, सीधी गल नहीं देने है, टप्पना बहुत उन्होंने फिर देखी आले दिन आ देख ना इतने जी भी खासी खराब हुई भी है, आ भी है ये भी हो थोड़ा जहा, हाँ इधर पास देखी मुझे परले पास नुके, अच्छा अच्छा ठीक है फादर साहब कहते बस तेल नहीं लाया मझ ना हम तेल लगे लाने खुद आप मिलते हैं किसी अगली पीढ़ी के परमात्मा थोड़ा सारे चढ़ती कला च रखे एक प्यार बरसते बरसाते रहा करो तुम सी जरूर शेयर कर दिया करो, धन्यवाद होगा जी थोड़ा।